जी अस्सलाम वालेकुम जी, मैं हाँ तो अपना होस्ट बाबा जी और अनगिनत प्लेसिस अज एक दिन के तुम्हें पता नहीं लगना अभी कितनी बारी लाइव आना और कितनी बारी तुम दिखाना है। हर शहर तुम असी दिखाते जाना और तुम देखते दे जाना है जी। असी पहुंचे हैं शहीदी अस्थान, जिहड़ा है जिस जगह के उत्ते हैंग आउट किया गया सी सरदार भगत सिंह शहीद नूं। ते असी इस तरह पहुंचे हैं जिन्हों के भगत सिंह चौक भी कहा जाता है, जिहदा नाम शादमान चौक भी है लाहौर दे विच साउथ वाले पासे। अगर तुम आते हो तो तुहानूं रस्ते विच शादमान चौक से एक फुहारा नज़र आता है, उस फुहारे नूं जिहड़ा है नाम दिता गया क्योंकि इत्थों थोड़े फासले के उत्ते जेल रोड है। जेल रोड तो जिहड़ा मतलब कि ये जगह के उत्ते फुहारा उस जगह पर बनाया गया जिथे अपना भगत सिंह नूं शहीद किया गया सी। आओ जी चलते हैं असी, साडे नाल वीर निशान सिंह आए हुए ने। देखो देखो आगे साढ़े नाल भाई निशान सिंह ने। तो वीर जी की कहोगे तुसी, एक आईकॉन शहीदां दा आईकॉन, मैं कहूँगा कि जूनियर सब तो छोटा शहीद सी लेकिन तवारीख दे अंदर बहुत बड़ा नाम बन गया। और मैं कहूँगा अगर गदरियां दी गल होवे तो फिर भी, और अगर खालसा पंथ दीआं शहीदियां दी गल होवे तो फिर भी, मैं तो कहूँगा कि शहीद ए लाहौर कहूँगा इन्हां नूं कि इन्हां नूं इत्थे फांसी दित्ती गई सी इस जगह दे उत्ते जिहड़ा फाउंटेन है। तो तुसी की कहना चाहोगे बीइंग ए इक सरदार, उस नौजवान जिहड़ा सरदार सी जिन्हें मतलब के एक आवाज़ चक्की जुलम जबर, जिदा कि पहले डे वन तो पता है कि खालसा पंथ ने हमेशा जबर के खिलाफ आवाज़ चक्की है। तो इन्ना नौजवान बंदा जो शहीद होया सी, ते बीइंग क्योंकि पाकिस्तानी तो सानू बहुत बाद चाहे पता लगा शहीद भगत सिंह के बारे च, तुसी तो बचपन तो ही कहानियां स्टोरियां सुनते आ रहे हो इन्हां दे बारे च, ते की कहोगे तुसी? ਤੁਸੀਂ ਪਹਿਲਾਂ ਇਹਨਾਂ ਨੂੰ ਦੱਸ ਦਿੱਤਾ ਕਿ ਜੀਓਗ੍ਰਾਫਿਕਲੀ ਕਿੱਦਾਂ ਇੱਥੇ ਜੇਲ ਸੀਗੀ? ਜੀ ਮੈਂ ਦੱਸਿਆ ਇਹਨਾਂ ਨੂੰ ਕਿ ਵੀ ਜੇਲ ਜਿਹੜੀ ਆ ਪਹਿਲੇ ਇੱਥੇ ਸੀਗੀ, ਜੇਲ ਜਿਹੜੀ ਹੈ ਉਹਦਾ ਰਕਬਾ ਹੁਣ ਪਿੱਛੇ ਨੂੰ ਥੋੜ੍ਹਾ ਇਨਾ ਜੀ ਚੌਕ ਹੈ, ਇਹ ਪਾਰਟ ਆਫ ਜੇਲ ਸੀਗਾ। ਇਸੇ ਕਾਰਨਰ ਦੇ ਵਿੱਚ ਜੇਲ ਦੇ ਲਿਆ ਕੇ ਉਹਨਾਂ ਨੂੰ ਫਾਂਸੀ ਦਿੱਤੀ ਗਈ, ਜਿਹੜੀ ਕਿ ਮੇਰੇ ਲਈ ਵੀ ਹੈਰਾਨੀ ਦੀ ਗੱਲ ਸੀ ਜਦੋਂ ਤੁਸੀਂ ਮੈਨੂੰ ਦੱਸਿਆ ਆਪਾਂ ਗੱਡੀ 'ਚ ਆ ਰਹੇ ਸੀ। ਅਤੇ ਵੀ ਜਿੱਥੋਂ ਤੱਕ ਭਗਤ ਸਿੰਘ ਹੋਣਾ ਦੀ ਗੱਲ ਆ, ਉਹ ਤਾਂ ਨੈਸ਼ਨਲ ਹੀਰੋ ਸੀਗੇ ਅਤੇ ਹੈਗੇ ਅਤੇ ਰਹਿਣਗੇ। ਉਹ ਉਦੋਂ ਤਾਂ ਵੈਸੇ ਵੀ ਇੰਡੀਆ ਪਾਕਿਸਤਾਨ ਤਾਂ ਹੈ ਨਹੀਂ, ਐਜ਼ ਏ ਇੱਕ ਇੱਕ ਕੰਟਰੀ ਉਹਨਾਂ ਨੇ ਆਪਣੀ ਆਜ਼ਾਦੀ ਦੀ ਲੜਾਈ ਲੜੀ ਸੀਗੀ। ਅਤੇ ਉਹ ਨੈਸ਼ਨਲ ਹੀਰੋ ਆ, ਔਰ ਜਿੰਨੇ ਉੱਧਰ ਹੀਰੋ ਉੰਨੇ ਹੀ ਇੱਧਰ ਮੰਨੇ ਜਾਣੇ ਚਾਹੀਦੇ ਆ। ਜੀ ਬਿਲਕੁਲ ਜੀ, ਪਹਿਲੇ ਪਤਾ ਨਹੀਂ ਸੀ ਲੋਕਾਂ ਨੂੰ, ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ, ਜ਼ਿਆਦਾ ਤੋਂ ਜ਼ਿਆਦਾ ਕਰ ਰਹੇ ਹਾਂ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਤਾ ਲੱਗ ਜਾਏ। ਔਰ ਜਿਹੜੇ ਲੋਕ ਵੀ ਪਾਕਿਸਤਾਨ ਯਾਤਰਾ ਵਾਸਤੇ ਆਉਣ, ਇਹ ਜਗ੍ਹਾ ਹੈ ਜੀ, ਇਹਨੂੰ ਕਿਹਾ ਜਾਂਦਾ ਜੀ ਇਹ ਜਿਹੜਾ ਫੁਹਾਰਾ ਵਾਲਾ ਚੌਕ ਹੈ ਇਹਨੂੰ ਸ਼ਾਦਮਾਨ ਚੌਕ ਕਿਹਾ ਜਾਂਦਾ ਹੈ। ਹਰ ਸਾਲ ਜਿਸ ਵੇਲੇ ਸ਼ਾਦਮਾਨ ਚੌਕ ਕਿਹਾ ਜਾਂਦਾ ਔਰ ਜਿਸ ਵੇਲੇ ਵੀ ਸ਼ਹੀਦੀ ਦਿਹਾੜ ਆਉਂਦਾ ਹੈ ਆਪਣਾ ਭਗਤ ਸਿੰਘ ਜੀ ਦਾ, ਅਤੇ ਇੱਥੇ ਪੰਜਾਬੀ ਸੰਗਤ ਇਕੱਠੀ ਹੁੰਦੀ ਹੈ ਔਰ ਆ ਕੇ ਉਹ ਦਿਨ ਜਿਹੜੀ ਹੈ ਬੜੀ ਹੁੰਮ ਹੁਮਾ ਕੇ ਮਨਾਉਂਦੀ ਹੈ। ਅਤੇ ਬੀਂਗੇ ਮੈਂ ਲਾਹੌਰੀ ਮੈਂ ਹੀ ਕਹਾਂਗਾ, ਬੀਂਗੇ ਪੰਜਾਬੀ ਮੈਂ ਹੀ ਕਹਾਂਗਾ ਕਿ ਜਿੱਦਾਂ ਸਰਦਾਰ ਜੀ ਦੀ ਗੱਲ ਹੈ ਕਿ ਜਿੱਦਾਂ ਉੱਧਰ ਪਾਪੂਲਰ ਨੇ ਸ਼ਹੀਦ ਭਗਤ ਸਿੰਘ, ਉਸੇ ਤਰ੍ਹਾਂ ਹੀ ਇੱਧਰ ਵੀ ਇਹਨਾਂ ਦੇ ਬਾਰੇ 'ਚ ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਅਤੇ ਤੁਸੀਂ ਹੁਣ ਦੀ ਨੌਜਵਾਨ ਨਸਲ ਨੂੰ ਕੀ ਮੈਸੇਜ ਦੇਵੋਗੇ, ਖਾਸ ਕਰਕੇ ਸ਼ਹੀਦ ਭਗਤ ਸਿੰਘ ਜੀ ਦੇ ਹਵਾਲੇ ਨਾਲ, ਜਿਹੜਾ ਉਹਨਾਂ ਦਾ ਮਿਸ਼ਨ ਸੀਗਾ? ਉਹ ਤਾਂ ਜੀ ਜਿਹੜੀ ਆਜ਼ਾਦੀ ਲਈ ਉਹ ਲੜੇ ਸੀਗੇ ਉਹ ਤਾਂ ਅਜੇ ਵੀ ਨਹੀਂ ਅਸੀਂ ਲੈ ਸਕੇ, ਉਹਦੇ ਲਈ ਤਾਂ ਅਸੀਂ ਵੀ ਲੜ ਰਹੇ ਹਾਂ। ਅਤੇ ਅੱਜ ਦੇ ਨੌਜਵਾਨ ਨੂੰ ਵੀ ਜਿਹੜਾ ਕਿ ਅੱਜ ਬਿਲਕੁਲ ਵੈਸਟਰਨਾਈਜ਼ਡ ਹੋ ਗਿਆ ਅਤੇ ਚੱਕਾ ਚੌਂਹ ਦੇ ਵਿੱਚ ਬਿਲਕੁਲ ਗਵਾਚ ਗਿਆ ਅੱਜ ਦਾ ਨੌਜਵਾਨ, ਉਹਨੂੰ ਵੀ ਰਿਅਲਾਈਜ਼ ਕਰਨ ਦੀ ਲੋੜ ਆ ਕਿ ਉਹਨਾਂ ਦੇ ਉੱਤੇ ਇੱਕ ਰਿਸਪੋਂਸੀਬਿਲਟੀ ਹੈਗੀ ਆ ਜਿਹਦੇ ਵਿੱਚ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਰੋਲ ਪਲੇ ਕਰਨਾ ਚਾਹੀਦਾ ਵਾ, ਤਾਂ ਜੋ ਅਸੀਂ ਚਾਹੇ ਹੁਣ ਦੋਵੇਂ ਦੇਸ਼ ਅਲੱਗ ਹੋ ਗਏ ਆ, ਚਾਹੇ ਉਹ ਇੱਧਰ ਦੇ ਆ ਚਾਹੇ ਉੱਧਰ ਦੇ ਆ, ਕਿ ਇਹਨਾਂ ਦੇਸ਼ਾਂ ਨੂੰ ਇੱਕ ਚੰਗਾ ਸਾਫ਼ ਸੁਥਰਾ ਅਤੇ ਵਧੀਆ ਵਾਤਾਵਰਨ ਇੱਥੇ ਇੱਕ ਸੇਫ ਇਨਵਾਇਰਮੈਂਟ ਪੈਦਾ ਕਰ ਸਕੀਏ, ਔਰ ਉਹੀ ਦੇਸ਼ ਬਣਨ ਜਿੱਦਾਂ ਦਾ ਉਹਨਾਂ ਦਾ ਡ੍ਰੀਮ ਸੀਗਾ ਜਿਹਦੇ ਕਰਕੇ ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ। ਅਗੇਨ ਅਸੀਂ ਤਾਂ ਗੱਲਾਂ ਹੀ ਕਰ ਰਹੇ ਹਾਂ, ਉਹਨਾਂ ਨੇ ਤਾਂ ਆਪਣੀ ਜਾਨਾਂ ਦਿੱਤੀਆਂ, ਹੈ ਕਿ ਨਹੀਂ, ਇੱਕ ਕੌਜ਼ ਵਾਸਤੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਸ਼ਾਹਿਦ ਸ਼ਬੀਰ ਆਫੀਸ਼ੀਅਲ, ਔਰ ਕਹਾਂਗਾ ਕਿ ਨਾਲ ਦੀਆਂ ਜੋ ਜੋ ਅਸੀਂ ਵੇਖਾਂਗੇ ਸੌ ਸੌ ਤੁਸੀਂ ਦੇਖੋਗੇ, ਅਤੇ ਲਿਹਾਜ਼ਾ ਤੁਸੀਂ ਸਾਡੇ ਨਾਲ ਨਾਲ ਟੁਰਦੇ ਚੱਲੋ। ਅਤੇ ਅਸੀਂ ਇਸ ਯਾਤਰਾ ਦੇ ਵਿੱਚ ਅੱਜ ਤੁਹਾਨੂੰ ਹੋਰ ਵੀ ਬਹੁਤ ਕੁਛ ਦਿਖਾਉਣਾ ਜੀ, ਮੈਂ ਔਰ ਮੇਰੇ ਨਾਲ ਭਾਈ ਨਿਸ਼ਾਨ ਸਿੰਘ ਸਾਡੇ ਆਸਟ੍ਰੇਲੀਆ ਦੀ ਸੰਗਤ ਤੋਂ ਆਏ ਹੋਏ, ਅਤੇ ਅਸੀਂ ਉਹ ਕੁਝ ਦਿਖਾਵਾਂਗੇ ਜਿਹੜੇ ਲੋਕ
ਟੂਰਿਜ਼ਮ ਦੇ ਨਾਮ ਦੇ ਉੱਤੇ ਪੈਸੇ ਬਟੋਰਦੇ ਆ ਨਾ, ਇਕੱਠੇ ਕਰਦੇ ਆ, ਅਸੀਂ ਉਹ ਕੰਮ ਨਹੀਂ ਕਰਦੇ ਕਿ ਚਾਰ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਕੇ ਜੀ ਲਾਹੌਰ ਪੂਰਾ ਹੋ ਗਿਆ। ਅਤੇ ਇੱਕ ਵਾਰੀ ਦੱਸਾਂਗੇ ਕਿ ਵੀ ਲਾਹੌਰ ਦੇ ਅੰਦਰ ਸ਼ਹਿਰ ਲਾਹੌਰ ਅੰਦਰ ਕਿੰਨੇ ਬੂਹੇ ਅਤੇ ਕਿੰਨੀਆਂ ਬਾਰੀਆਂ ਨੇ। ਮੈਂ ਕਹਾਂਗਾ ਸ਼ਹਿਰ ਲਾਹੌਰ ਅੰਦਰ ਕਿੰਨਾ ਇਤਿਹਾਸ ਵਿਖਰਿਆ ਪਿਆ ਮੁਗਲਾਂ ਦਾ, ਕਿੰਨਾ ਵਿਖਰਿਆ ਪਿਆ ਲੋਧੀਆਂ ਦਾ, ਕਿੰਨਾ ਵਿਖਰਿਆ ਪਿਆ ਖਾਲਸਾ ਪੰਥ ਦਾ, ਅਤੇ ਕਿੰਨਾ ਵਿਖਰਿਆ ਪਿਆ ਅੰਗਰੇਜ਼ਾਂ ਦਾ। ਮੈਂ ਤਾਂ ਇਹੀ ਕਹਾਂਗਾ ਅਤੇ ਲੱਖਾਂ ਹੀ ਕਹਾਣੀਆਂ ਨੇ ਮੁਗਲਾਂ ਦੀਆਂ, ਅਤੇ ਲੱਖਾਂ ਹੀ ਕਹਾਣੀਆਂ ਨੇ ਖਾਲਸਾ ਪੰਥ ਦੀਆਂ, ਅਤੇ ਲੱਖਾਂ ਹੀ ਕਹਾਣੀਆਂ ਨੇ ਬ੍ਰਿਟਿਸ਼ਰ ਦੀਆਂ। ਸਾਰਿਆਂ ਦੀਆਂ ਕਹਾਣੀਆਂ ਇੱਥੇ ਜਿਹੜੀਆਂ ਨੇ ਉਹ ਵਿਖਰੀਆਂ ਪਈਆਂ ਨੇ। ਸਟੇਜ ਟਿਊਨ ਸਾਡੇ ਨਾਲ ਤੁਸੀਂ ਰਹੋ, ਦੇਖਦੇ ਰਹੋ, ਔਰ ਰੀਅਲ ਲਿੰਕ ਦੇ ਨਾਲ ਵੀਡੀਓ ਨੂੰ ਪਲੀਜ਼ ਰਿਕੁਐਸਟ ਹੈ ਅੱਗੇ ਫਾਰਵਰਡ ਕਰਦੇ ਰਹੋ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਆ ਉਹਨਾਂ ਦੀ ਜਾਗ ਰੱਖੋ ਜੀ। ਸਤਿ ਸ਼੍ਰੀ ਅਕਾਲ।